ਹੈਲੋ ਨਮਸਤੇ ਅਦਾਬ ਔਰ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਹੋਸਟ ਯੁੱਧਵੀਰ ਸਿੰਘ ਪਵਾਰ ਅਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਚੈਨਲ ਜੱਟ ਔਨ ਟਰੈਵਲ। ਸੋ ਗਾਇਜ਼, ਆਪਾਂ ਪਹੁੰਚੇ ਹਾਂ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ। ਇੱਥੇ ਲੱਗਿਆ ਹੋਇਆ ਦੁਸ਼ਹਿਰੇ ਦਾ ਮੇਲਾ ਅਤੇ ਬੜਾ ਫੇਮਸ ਹੀ ਜਿਹੜਾ ਇਹਨਾਂ ਦੇ ਕੋਲ ਨੁਕਰਾ ਜਿਹੜਾ ਕੋਲਟ ਹੈ ਬਾਈ ਜਸਪਾਲ ਸਿੰਘ ਬਰਾੜ ਕੋਲ, ਅਤੇ ਹੋਰ ਵੀ ਇਹਨਾਂ ਨੇ ਬਾਕੀ ਬੜੇ ਨਾਮੀ ਗ੍ਰਾਮੀ ਜਿਹੜੇ ਸਟਾਲੀਅਨ ਜਿਹੜੇ ਆ ਤਿਆਰ ਕੀਤੇ, ਅਤੇ ਜਾਣਦੇ ਹਾਂ ਆਪਾਂ ਇਹਨਾਂ ਤੋਂ ਕਾਫੀ ਨੌਲੇਜ ਵਾਲੀਆਂ ਗੱਲਾਂ। ਅਤੇ ਆਓ ਚੱਲਦੇ ਹਾਂ ਬਾਈ ਜਸਪਾਲ ਨੂੰ ਮਿਲਦੇ ਹਾਂ ਆਪਾਂ ਤਰਖਾਣ ਵਾਲੇ ਤੋਂ ਨੇ। ਬਾਈ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਸਤਿ ਸ਼੍ਰੀ ਅਕਾਲ। ਠੀਕ ਹੈ ਜੀ। ਹੋਰ ਭਰਾ ਜੀ ਕੀ ਹਾਲ ਚਾਲ? ਬਸ ਵਧੀਆ ਜੀ ਵਧੀਆ। ਅੱਛਾ, ਮੈਂ ਤੁਹਾਡਾ ਜਿਹੜਾ ਕੋਲਟ ਹੈ ਬਹੁਤ ਇਹਦਾ ਨਾਮ ਸੁਣਿਆ ਹੋਣਾ, ਇੱਥੇ ਆਇਆ ਸੀ ਯਾਰ ਮਿੱਤਰ ਆਪਣੇ ਜੀ ਗਦਾਰਾ ਸਾਹਿਬ ਵੀ ਦੱਸ ਰਹੇ ਸੀਗੇ। ਹਾਂਜੀ। ਅਤੇ ਇਹਦੇ ਬਾਰੇ ਸਾਨੂੰ ਦੱਸੋ, ਹੋਰ ਜਿਹੜੇ ਤੁਸੀਂ ਜਿਹੜੇ ਸਟਾਲੀਅਨ ਜਿਹੜੇ ਚੰਗੇ ਚੰਗੇ ਤਿਆਰ ਕੀਤੇ ਨੇ, ਅਤੇ ਬਾਕੀ ਆਪਣੇ ਵਿਊਅਰਸ ਨੂੰ ਨੌਲੇਜ ਵਾਲੀਆਂ ਗੱਲਾਂ ਦੱਸੋ। ਠੀਕ ਹੈ। ਅਤੇ ਜਿੰਨੇ ਆਪਣੇ ਭਰਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਅਤੇ ਮੇਰੇ ਚੈਨਲ ਯੂਟਿਊਬ ਦੇ ਉੱਤੇ ਤੁਹਾਨੂੰ ਮੈਂ ਵੈਲਕਮ ਕਰਦਾ ਸਾਰਿਆਂ ਨੂੰ। ਆਓ ਜੀ ਚੱਲੋ ਜੀ। ਅੱਛਾ ਬਰਾੜ ਸਾਹਿਬ, ਇਹਦੀ ਏਜ ਬਾਰੇ ਦੱਸ ਦਿਓ ਸਭ ਤੋਂ ਪਹਿਲਾਂ ਤਾਂ। ਏਜ 2.5 ਸਾਲ ਦਾ ਹੋ ਗਿਆ ਜੀ, 29 ਮਾਰਚ ਦਾ ਜਨਮ ਹੈ ਜੀ। ਠੀਕ ਹੈ ਜੀ। ਹੁਣ ਸੋਈ 2.5 ਸਾਲ ਦੀ ਏਜ ਹੋ ਗਈ ਜੀ। ਠੀਕ ਹੈ। ਬਰਾੜ ਸਾਹਿਬ, ਇਹਦੇ ਸਾਈਡ ਬਾਏ ਉਹ ਡੈਮ ਬਾਰੇ ਦੱਸ ਦਿਓ। ਹਾਂਜੀ, ਇਹਦਾ ਜਿਹੜਾ ਦਾਦਾ ਜੀ ਉਹ ਸਾਲੀਆਂ ਵਾਲਾ ਘੋੜਾ ਜੀ। ਠੀਕ ਹੈ। ਅਤੇ ਇਹਦਾ ਬਾਪ ਹੈ ਜਿਹੜਾ ਉਹ ਰੌਲੀ ਵਾਲਾ ਘੋੜਾ ਅਰਜਨ ਜੀ। ਠੀਕ ਹੈ ਜੀ। ਹਾਂਜੀ, ਉਹਦੇ ਇਹ ਦਾਦਾ ਇਹਦਾ ਉਹ ਹੋ ਗਿਆ ਜੀ, ਪੁੱਤ ਬਾਪੇ ਦਾ ਉਹ ਹੋ ਗਿਆ ਜੀ। ਠੀਕ ਹੈ। ਹਾਂਜੀ, ਆਪਾਂ 9 ਮਹੀਨਿਆਂ ਦਾ ਬੱਚਾ ਲਿਆ ਸੀ ਜੀ ਇਹ। ਅੱਛਾ। ਹਾਂ, ਇਸੇ ਮੇਲੇ ਤੋਂ ਲੋਹੜੀ ਤੋਂ ਜੀ, ਇੱਕ ਲੋਹੜੀ ਛੱਡ ਕੇ ਪਹਿਲੀ ਤੋਂ ਜੀ। ਠੀਕ ਹੈ। ਹਾਂ, ਉਸ ਵਕਤ 9 ਮਹੀਨੇ ਸੀ ਇਹਦੀ ਏਜ ਜੀ। ਹਾਂਜੀ। ਅਤੇ ਉਦੋਂ ਵੀ ਚਲੋ ਸਾਰਿਆਂ ਦੇ ਮਹਿੰਗਾ ਲੈ ਲਿਆ, ਉਦੋਂ 3,15,000 ਦਾ ਉਦੋਂ ਖਰੀਦਿਆ ਸੀ। ਅੱਛਾ, ਹੁਣ ਡਾਇਮੰਡ ਬਣ ਕੇ ਨਿਕਲਿਆ। ਹਾਂਜੀ, ਹੁਣ ਇਹ ਚਲੋ ਹੁਣ ਨਹੀਂ ਕੋਈ ਲਾਉਂਦਾ ਰੇਟ ਰੂਟ। ਹਾਂ ਨਹੀਂ, ਆਪਾਂ ਮੁਝੇ ਲਗਾਣਾ ਵਾਲਾ। ਅੱਛਾ, ਆਪ ਕਹਾਂ ਸੇ ਹੋ ਸਰ? ਮੈਂ ਸਿਰਸਾ ਰਹਿਣਾ। ਅੱਛਾ ਅੱਛਾ, ਵਾਹ ਜੀ ਵਾਹ। ਚਲੋ, ਘੋੜੇ ਪਹਿਲਾਂ ਵੀ ਬਹੁਤ ਪੈਦਾ ਕੀਤੇ ਆ ਜੀ। ਕਿਹੜੇ ਕਿਹੜੇ ਕੀਤੇ ਆ ਜੀ? ਪਹਿਲਾਂ ਸਭ ਤੋਂ ਜਿਵੇਂ 2008 ਤੋਂ ਲੈ ਕੇ ਜੀ ਲੱਗੇ ਜੀ ਆਪਾਂ, ਉਦੋਂ ਵੀ ਪਹਿਲਾਂ ਤੋਂ ਘੋੜੇ ਤਕਰੀਬਨ ਉਦੋਂ। ਹੁਣ ਕੀ ਆ ਜੀ, ਜਦੋਂ ਦਾ ਮਾਰਵਾੜੀ ਦਾ ਟ੍ਰੈਂਡ ਚੱਲਿਆ ਜੀ, ਘੋੜਿਆਂ ਦਾ ਨਾਮ ਤਾਂ ਉਦੋਂ ਦਾ ਚੱਲਿਆ ਜੀ। ਉਦੋਂ ਪਹਿਲਾਂ ਤਾਂ ਮਾਲਕ ਦਾ ਨਾਮ ਹੁੰਦਾ ਸੀ, ਇਹ ਘੋੜਾ ਕਿਹੜਾ ਘੋੜਾ ਜੀ, ਜਸਪਾਲ ਵਾਲਾ ਘੋੜਾ ਆ ਗਿਆ ਜੀ, ਹਬੋਰ ਵਾਲਾ ਘੋੜਾ ਆ ਗਿਆ ਜੀ। 98 ਚ ਪਹਿਲਾਂ ਸੋਨੂੰ ਘੋੜਾ, ਬਹੁਤ ਹੀ ਸਾਡੇ ਵੱਡੇ ਬ੍ਰਦਰ ਹੈ ਜੀ ਬਾਈ ਸੁਖਦੇਵ ਸਿੰਘ। ਠੀਕ ਹੈ ਠੀਕ ਹੈ। ਕਿਹੜੀ ਜਗ੍ਹਾ ਤੋਂ ਜੀ? ਮਲੂਕਪੁਰ ਪਿੰਡ ਹੈ ਮੇਰਾ। ਓਕੇ ਓਕੇ। 98 ਚ ਅਸੀਂ ਪਹਿਲਾਂ ਘੋੜਾ ਜਿਹੜਾ ਸੀ ਸੋਨੂੰ ਘੋੜਾ ਸੀਗਾ, ਯੂਪੀ ਚੋਂ ਜਸਪਾਲ ਸਿੰਘ ਦੇ ਨਾਲ ਅਸੀਂ ਜਾ ਕੇ ਲਏ ਸੀ। ਉਹ 3 ਮਹੀਨੇ ਦਾ ਬੱਚਾ ਸਿਰਫ, ਉਸਨੇ ਉਸ ਵਕਤ ਬਹੁਤ ਨਾਮ ਪੈਦਾ ਕੀਤਾ ਸੀਗਾ। ਉਹਦੇ ਸਿਉਣੇ ਦੀਆਂ ਮੁੰਦਰਾਂ ਵੀ ਪਾਈਆਂ ਹੋਈਆਂ ਸੀ ਕੰਨਾਂ 'ਚ ਅਸੀਂ, ਸ਼ੌਂਕ ਨਾਲ। ਠੀਕ ਹੈ ਜੀ, ਠੀਕ ਹੈ। ਕੰਮ ਹੀ ਸ਼ੌਂਕ ਦਾ ਜੀ? ਸ਼ੌਂਕ ਦਾ ਜੀ, ਸ਼ੌਂਕ ਦਾ। ਠੀਕ ਹੈ। ਪਹਿਲਾਂ ਸਭ ਤੋਂ ਘੋੜਾ ਤਿਆਰ ਕੀਤਾ। ਅੱਛਾ ਜੀ। ਅੱਛਾ ਜੀ, ਇਹ ਸ਼ੁਰੂ ਕਰਤਾ ਮੈਟਿੰਗ ਵਾਸਤੇ? ਹਾਂ ਬਾਈ, ਬਰੀਡਿੰਗ ਵਾਸਤੇ ਇਹਨੂੰ 2 ਮਹੀਨੇ ਹੋ ਗਏ ਸਟਾਰਟਿੰਗ ਕੀਤੇ ਜੀ। ਅੱਛਾ। ਹਾਂ, 30-32 ਘੋੜੀ ਕ੍ਰੋਸ ਹੋ ਗਈ ਜੀ, ਪਹਿਲੀ 12-15 ਘੋੜੀ ਗੱਭਣ ਟੈਸਟ ਵੀ ਹੋ ਗਈ ਜੀ। ਅੱਛਾ, ਟੈਸਟ ਵੀ ਹੋ ਗਿਆ। ਰਿਜ਼ਲਟ ਨੂੰ ਤਾਂ ਹਜੇ ਟਾਈਮ ਲੱਗ ਜਾਏਗਾ ਹਨਾ? ਰਿਜ਼ਲਟ ਤਾਂ ਹਜੇ ਤੱਕ ਜੀ 10 ਮਹੀਨੇ ਬਾਅਦ ਆਊ ਜੀ। ਠੀਕ ਹੈ। ਤੁਹਾਡਾ ਨੰਬਰ ਬੋਲ ਦਿਓ। ਹਾਂ, 98-778 ਜੀ, 00004 ਜੀ। ਠੀਕ ਹੈ, ਰਿਪੀਟ ਕਰ ਦੇ ਕਰ। 98-778 ਹਾਂਜੀ, 4-04 ਜੀ। ਠੀਕ ਹੈ ਠੀਕ ਹੈ। ਹਾਂਜੀ। ਅੱਛਾ ਜੀ, ਇਹਦੀ ਬੋਡੀ ਮਾਰਕਿੰਗ ਬਾਰੇ ਦੱਸੋ ਜੀ। ਬੋਡੀ ਮਾਰਕਿੰਗ ਜੀ, ਇੱਕ ਤਾਂ ਇਹ ਸਭ ਤੋਂ ਵੱਧ ਹੈ ਨੰਬਰ 1 ਹਾਈਟ ਜੀ। ਅੱਛਾ ਭਾਜੀ, ਮਾੜੀ ਸਾਈਡ ਦੇ ਦਿਓ, ਆਪਾਂ ਹਾਈਟ ਦਿਖਾ ਦਈਏ। ਅੱਛਾ ਜੀ, ਕਿਉਂਕਿ ਹਾਈਟ ਹੈ ਜਿਹੜੀ ਇਹਦੀ। ਹਾਂਜੀ ਹਾਂਜੀ, ਬੋਲੋ ਬੋਲੋ ਸਰ। ਹਾਂ, ਹਾਈਟ ਇਹਦੀ ਹੁਣ ਵੀ ਜਿਹੜੀ ਹੈ 2 ਦੰਦ ਉਮਰ 'ਚ 66 ਹੈ ਜੀ। ਅੱਛਾ। ਹਾਂ, ਹਜੇ ਤੱਕ ਵੀ ਹੋਰ ਬਾਈ ਜੀ 2-2.5 ਇੰਚ ਕੱਦ ਹੋਰ ਕਰੂਗਾ ਜੀ। ਠੀਕ ਹੈ ਜੀ, ਆਪਾਂ ਦਿਖਾ ਦਈਏ ਨਾ ਬਾਈ ਮਾੜੀ ਸਾਈਡ। ਲੋਰ ਫੜੀ ਰੱਖੋ ਉਹਦਾ ਲੋਰ ਫੜੋ। ਠੀਕ ਹੈ ਜੀ, ਹੋਰ ਦੱਸੋ ਜੀ, ਇਹਦੇ ਕੰਨਾਂ ਬਣਤਰ ਬਾਰੇ ਦੱਸੋ ਹੋਰ, ਕਿਉਂਕਿ ਕਾਫੀ ਆਪਣੇ ਜਿਹੜੇ ਵਿਊਵਰਸ ਆ, ਜਿਹੜੇ ਨਵੇਂ ਬੰਦੇ ਜੁੜ ਰਹੇ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ, ਉਹ ਬਰੀਕੀਆਂ ਗੱਲਾਂ ਦੱਸੋ ਸਾਨੂੰ। ਜਿਹੜਾ ਨੁਕਰਾ ਘੋੜਾ ਜੀ। ਹਾਂਜੀ ਹਾਂਜੀ, ਜਿਹੜਾ ਨੁਕਰਾ ਘੋੜਾ ਜੀ, ਉਹਦੇ ਜ਼ਿਆਦਾਤਰ ਕੰਨ ਖੁੱਲ੍ਹੇ ਆਉਂਦੇ ਆ ਜੀ। ਅੱਛਾ। ਹਾਂ, ਜਿਹੜੇ ਮਾਰਵਾੜੀ ਬਰੀਡ 'ਚ ਇਹਨਾਂ ਦੇ ਜਿਹੜੇ ਕੰਨ ਬਹੁਤ ਛੋਟਾ ਕੰਨ ਅਤੇ ਇੱਕ ਦੂਸਰੇ 'ਤੇ ਚੜ੍ਹਦਾ ਜੀ। ਹਾਂਜੀ। ਹਾਂ, ਇਸ ਕਰਕੇ ਜਿਹੜੇ ਘੋੜੇ ਦੇ ਨੁਕਰੇ 'ਚ ਕੰਨਾਂ ਦੀ ਪੋਜੀਸ਼ਨ ਬਹੁਤ ਘੱਟ ਆਉਂਦੀ ਹੈ, ਜਿਹੜੀ ਜ਼ਿਆਦਾ ਚੰਗੀ ਜੀ। ਠੀਕ ਹੈ। ਫਿਰ ਜਿਹੜੀ ਬੋਡੀ ਸਟਰਕਚਰ ਆ, ਜਿਵੇਂ ਮੱਥੇ ਵਾਲੀ ਭੌਰੀ ਆ ਗਈ ਜੀ, ਉਹ ਸਹੀ ਹੈ। ਦੇਵ ਮਣ ਆ ਗਏ, ਕੰਠ ਮਣ ਆ ਗਿਆ ਜੀ। ਹਾਂਜੀ। ਹਾਂ, ਇਹ ਦੇਵ ਮਣ ਆ ਗਈ ਜੀ, ਇਹ ਕੰਠ ਮਣ ਆ ਗਈ ਜੀ, ਥੱਲਿਓਂ ਕੋਈ ਭੌਰੀ ਨਹੀਂ, ਗਲਤ ਜੀ, ਸਾਰੀਆਂ ਭੌਰੀਆਂ ਤੋਂ ਸਾਫ਼ ਹੈ ਜੀ। ਸੁਮ ਸੁਮ ਵੀ ਤਾਂ ਕਿ ਠੀਕ ਹੈ। ਹਾਈਟ ਦਾ ਜ਼ਿਆਦਾ ਆਪਾਂ ਜਿਵੇਂ ਛੋਟਾ ਬੱਚਾ ਲੈਂਦੇ ਹਾਂ ਜਦੋਂ, ਹਾਂਜੀ, ਉਹਦਾ ਹਾਈਟ ਦਾ ਜਿਵੇਂ ਹੁੰਦਾ ਨਾ ਕਿ ਨਲੀ ਵਗੈਰਾ ਦੇ, ਉਹ ਕੀ ਚੀਜ਼, ਉਹ ਥੋੜ੍ਹਾ ਉਹਦੇ ਬਾਰੇ ਚਾਨਣਾ ਪਾਓ। ਬ੍ਰਦਰ, ਜਿਹੜਾ ਨਲੀ ਵਾਲਾ ਕੰਮ ਹੈ ਨਾ ਜੀ, ਉਹਦਾ
हो सकता भी अपना थोड़ा फर्क हो जी इस गल च, वो बड़ा पुराना टाइम आ गया जी। ठीक है, क्योंकि कई घोड़िया की जी थलो गोडी बहुत लंबी हो जाती है जी। हाँ जी, आ जगह उपर जाके छोटे रह जाते हैं जी। ठीक है, इस तरह के घोड़े है जी, ये जगह तो इन्होंने बहुत ही लंबी नहीं। हाँ जी, हाँ जी, ये इतों लैके आ चीज़ बहुत ज्यादा वध जाती है, फर तो वध जाता है जी। ठीक है, हाँ जेडे घोड़े ने हाइट या बच्चे ने ज्यादा करनी है जी, हाँ जी, वह थोड़ा जहा एस्टीमेट ही होंगे जी, ये जोड़ मजबूत है जी। ठीक है, कौन स्ट्रोंग है जी, ये हाइट ज्यादा करने की उम्मीद हो जाती है जी। ठीक है, अच्छा तुम हम दिन तैयार किया डाइट वगैरह, जिमें कोई मान लो भी मेरे वर्गा मान लो कोई वीर जरा कोई नवे होर भी बंदे जुड़ रहे हैं लैन डाइट की यूनिक जी डाइट दसो जी है। वैसे तो डाइट दसते नहीं गए ब्रीडर पर कोई नहीं कॉमन जी डाइट दसो भी चलो भला हो जाए सारे का जिहड़ा विचालड़ा दौर सी ना कुछ समा। हाँ जी, उहदे च की सी लोगों ने जिहड़ा वध वरतन लग पे सी चोकर जी। अच्छा, पर आपां दे चोकर सब तो माड़ा जी। अच्छा, हाँ वो तो एक बहुत नाम मात्र चौथा की रीजन की है जी, ओदा ओदा कारण की है जी, डबल रोटी खा के किते भलवान नहीं बनदा जी। हां बिल्कुल, वो तो छिलका है जी, ओदे च तो प्रोटीन है। अच्छा, पर जेड़ा दाना जी, दाना तो वजनी ही मिले फिर ही पशु असर होता है। पता जी जौं ये शुरू तो आपां खरीदिया जी, उस वक्त दे जौं बंद किए जी, जमी ते छोले ही स्टार्ट रखे जी। ठीक है जी, बाकी जेड़ा मिनरल मिक्सचर वगैरह जां दूजा जेड़ा वो कदे आपां वरते नहीं जी। अच्छा, वो तो देसी देसी घ्यो वरत लिया जी। ठीक है, तेल तो आ गया जी, अलसी का तेल आ गया जी। हाँ जी, हाँ मौसम के आधार तेल बारे दसो भी, जिम्मे सर्दी गर्मी केड़ा केड़ा देना चाहिए। जेड़ा मौसम है जी, जिस तरह जिम्मे आर लगती है जी, जेड़ा इंग्लिश के महीने नाल। हाँ जी, हाँ जी, उस तरह दसंब नवंबर तो लैके जी ये महीने सर्दी दे जी। ठीक है, उन्होंने महीने च अलसी का तेल वरत सकते हैं जी। अच्छा जी, हाँ जेड़े महीने च आर नहीं लगती उन्होंने जी तारे मीरे का तेल वरत सकते हैं। ठीक है, तो दुध दद्ध कि पिंदे रहे हो तुम? बहुत घट जी। अच्छा, नहीं कई कहते हैं जी दुध ज्यादा पिना चाहिए, वो की घोड़े की बोन च बहुत ज्यादा कैल्शियम है जी। अच्छा जी, हाँ इनू कोई बहुत दुध की जरूरत नहीं जी। ठीक है, ये तो जो सही ढंग दाना सेवा संभाल सही है जी, हाँ तो दुध की तो एक किलो की भी जरूरत नहीं जी। ठीक, क्योंकि इनू तो बचा पैंता जी, दुध जो कैल्शियम ओवर होंगे जी, मोटा बन जाए जी, कछियां बन जाए जी, वो दुध पिलाने का कारण। ठीक है जी, ठीक है, होर जिमें कोई नुकरा जिमें आप लईए की कुछ देख देखना चाहिए? जिहड़ा सब तो पहला तो जी स्पॉटलैस होना चाहिए जी। ठीक है, पिछे दा काले धब्बे बहुत घट होण जी। ठीक है, दूसरा बॉडी स्ट्रक्चर बहुत चंगा जरूरी होना जी। ठीक है जी, हाँ जेकर बॉडी स्ट्रक्चर है नहीं जी तो कल्ले नुकरे तो भी की करवाना जी, जे तो लत्त नहीं कोई बांह नहीं जी उहदी। हाँ जी, हाँ जी, फिर हरेक पशु की अलहदा अलहदा एंगल है जी। अच्छा जी, जिम्मे बैक दे है जी, भी जे घोड़े दत्तं पिछे पुठे तो बहर लंघ दी जी। हाँ जी, वो जो तुरदा जी उदो सोहना नहीं लगता जी, उदो पिछु लत्तं पांच खुचलियां रहिंदियां जी। अच्छा जी, हाँ ये भी बिल्कुल फ्लैट होना चाहिए जी पिछों बैक। ठीक है, हाँ चलो गर्दन पतली आ जाती है जी, हल्का कुंड आ गया जी। हाँ जी, दोनों की सुंदरता तो चार चन होर लाउंदा जी। ठीक है, ठीक है, तो ये तुम होर इतों अलावा कि स्टालियन कोई एक दो जिम्मे नाम दसो? हाँ जी, सब तो पहला सोनू आ गया जी, फिर उस बाद हम जो पांच सत्त घोड़े है जी, आप चैंपियन भी रहे हैं जी, घोड़े उन्होंने नाम नहीं से जी। अच्छा, हाँ क्यों जो रांझा घोड़ा हूँ एक्सपायर है, वह भी अपने घर ही पैदा होया सी। अच्छा, ठीक है, हाँ जी, ते नुकरी रखते हो कि नाल दूजा भी रखते हो? नहीं, पहल पहल नुकरे जी। पहल नुकरे, हाँ। रीजन की रीजन है जी? बस लाइन शौक वाली गल है या कोई बिजनेस पर्पस ते? वो शौक जी, कुछ ना लाइन है जी, उस बंदे नाल ही जुड़ी हुई है ताल। अच्छा, मतलब जेड़ा थोड़ा सर्कल रोटेशन हो जाए फिर? हाँ, उन्हां नाल वध चढ़े। वैसे तो घोड़ा आपां शौरिया दा बच्चा रखिया जी, बहुत चंगा काला मत्थे फुल वाला। अच्छा, हाँ जी, वो भी मारवाड़ी चो पैदा कीता जी, बड़ा चंगा बच्चा जी, आपां तो करजत फार्म वाले लै गए सी जी उस बाद। ठीक है जी, ठीक है, चलो इहनां दा विका वकाई तां भावें किन्ने दा कह दईए लोकां दे कापी मारना जी। हाँ जी, हाँ जी, ਕੀ ਇਹਦੀ ਫੀਸ ਵਗੈਰਾ ਕੀ ਤੁਸੀਂ ਟਿਕਨੇ? ਫੀਸ ਇਹਦੀ ਲਿਮਿਟਡ 11000 ਰੁਪਏ ਰੱਖੀ ਹੈ। 11000 ਰੁਪਏ, ਹਾਂ ਜੀ, ਕਿਉਂ ਉਹਦੇ ਵਿੱਚ ਕੀ ਕਨਸੀਵਿੰਗ ਦਾ, ਜਿਵੇਂ ਮੰਨ ਲਓ ਬਾਈ ਚਾਂਸ ਖੁਦਾ ਨਾ ਖਾਸਤਾ ਕੋਈ ਖਾਲੀ ਰਹਿ ਜੇ, ਉਹਦੇ ਵਿੱਚ ਫਿਰ ਕੀ ਤੁਸੀਂ ਕੋਈ ਕੰਡੀਸ਼ਨ ਕੀ ਹੈ ਤੁਹਾਡੀ? ਨਹੀਂ ਕੋਈ ਕੰਡੀਸ਼ਨ ਨਹੀਂ, ਉਹ ਤਾਂ ਇਹ ਜੀ ਦੂਸਰੀ ਵਾਰ ਫਿਰ ਘੋੜੀ ਬੁਲਵਾ ਕੇ ਦੇਵਾਂਗੇ। ਠੀਕ ਹੈ, ਹਾਂ ਜੀ, 4 ਮਹੀਨਿਆਂ ਤੱਕ ਜੇ ਘੋੜੀ ਖਾਲੀ ਰਹਿੰਦੀ ਹੈ ਜੀ, ਤਾਂ ਦੁਬਾਰਾ ਫਿਰ ਜਦੋਂ ਮਰਜ਼ੀ ਬੁਲਵਾ ਲੈਣੀ, ਅਗਲੇ ਫੀਸ ਦਿੱਤੇ ਤਾਂ ਫਰਜ਼ ਵੀ ਬਣਦਾ ਜੀ ਮਿਲਾਉਣ। ਠੀਕ ਹੈ ਜੀ, ਠੀਕ ਹੈ, ਹਾਂ ਜੇ ਡਾਕਟਰ ਤੋਂ ਚੈੱਕ ਕਰਾ ਕੇ ਜੀ, ਇੱਕ ਜੰਪ ਦੀ ਜ਼ਰੂਰਤ ਹੈ, ਇੱਕ ਦੋਵਾਂ ਦੀ, ਦੋ ਤਿੰਨਾਂ ਦੀ, ਤਿੰਨ ਜਿੰਨੀ ਜ਼ਰੂਰਤ ਉਹਨਾਂ ਦਿੰਦੇ ਹਾਂ ਜੀ, ਨੋ ਪ੍ਰੋਬਲਮ। ਠੀਕ ਹੈ ਜੀ, ਇੱਕ ਪਾਕਿਸਤਾਨ ਲੈਂਦੇ ਪੰਜਾਬ ਤੋਂ ਕੁਐਸਚਨ ਆ, ਪਹਿਲਾਂ ਤਾਂ ਉਹਨਾਂ ਵੱਲੋਂ ਆਪਾਂ ਫਤਿਹ ਬੁਲਾ ਦਿੰਦੇ ਹਾਂ ਤੁਹਾਨੂੰ, ਅਤੇ ਉਹਨਾਂ ਦਾ ਇਹ ਕੁਐਸਚਨ ਹੈ ਵੀ ਅਸੀਂ ਰਾਈਡਿੰਗ ਜਿਹੜੀ ਸਿੱਖਣੀ ਹੈ, ਜਿਵੇਂ ਮੰਨ ਲਓ ਅਣਜਾਣ ਬੰਦੇ ਰਾਈਡਿੰਗ ਸਿੱਖਣੀ ਹੈ, ਸਾਨੂੰ ਕੀ ਸ਼ੁਰੂਆਤ ਕੀ ਕਰਨੀ ਚਾਹੀਦੀ ਹੈ ਉਹਦੇ ਬਾਰੇ ਦੱਸੋ ਥੋੜ੍ਹਾ ਜਿਹਾ। ਜਿਹੜਾ ਰਾਈਡਿੰਗ ਵਾਲਾ ਕੰਮ ਹੈ ਨਾ ਜੀ, ਉਹ ਸਭ ਤੋਂ ਪਹਿਲਾਂ ਜੇਕਰ ਨੌਜਵਾਨ ਜਿਹੜੇ ਮੁੰਡੇ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਜੀ। ਠੀਕ ਹੈ ਜੀ, ਹਾਂ ਜੇਕਰ ਰਾਈਡਿੰਗ ਵਾਸਤੇ ਕੋਈ ਵੀ ਮੁੰਡੇ ਕਲੱਬ ਤਾਂ ਆਪਣੇ ਵੈਸੇ ਬਣੇ ਨਹੀਂ ਜੀ ਹਜੇ ਤੱਕ ਰਾਈਡਿੰਗ ਕਲੱਬ। ਹਾਂਜੀ, ਹਾਂ ਜੇ ਆ ਸਟਾਰਟਿੰਗ ਕਰਨੀ ਹੈ ਤਾਂ ਸਿਹਤ ਵਾਸਤੇ ਬਹੁਤ ਚੰਗਾ ਜੀ, ਬੱਚੇ ਨਸ਼ਿਆਂ ਤੋਂ ਬਚੇ ਰਹਿੰਦੇ ਆ ਜੀ। ਠੀਕ ਹੈ ਜੀ, ਹਾਂ ਇਹਦੇ ਵਾਸਤੇ ਰਾਈਡਿੰਗ ਵਾਸਤੇ ਤਾਂ ਆਪਣੇ ਵੈਸੇ ਤਾਂ ਥੋੜ੍ਹਾ ਜਿਹਾ ਇਹਦੇ ਰਾਈਡਿੰਗ ਕਲੱਬ ਬਣੇ ਹੋਣ ਜੀ।
बेनीफिट भी होगी जिम्मे 5-10 किलोमीटर की जी जरा संडे या सैचरडे में जिम्मे हो भी चलो 10 किलोमीटर तक घोड़े लग जाने इन्हें थोड़ा जा उस तरीके जो सिखाते हैं जो गल कर जी हम लंबा जाना जी कि हाँ जी कई बंद हजे तक यही नहीं पता भी काठी किस तरह पानी है जी बिल्कुल ओबियसली जी हाँ जी भी वास्ते जानकारी होवे पहला जो मिलिट्री वाले सारी ट्रेनिंग देंगे जी ट्रेनिंग हो जी हाँ जी हाँ जी हाँ बाकी राइडिंग नाल जी घोड़ा भी साफ तो बंदा भी साफ दोनों चीज़ें पेट भी घट दिया जी हाँ बिल्कुल हूँ जो अंदर बैठे रहना जी वो बधी जाता जी हाँ जी एक मैं गल दसो भी आ हूँ बन जिन्हें भी जिमें आप मैं सारे का वैसे किसी को आप ब्लेम नहीं कर रहे मैं ज़्यादातर नोट की डाइट ज़्यादा दे रहे हैं घोड़े को बंदे ने इनू आपदे वगू सोल कर लिया थोड़ा ये बारे की विचार है बिल्कुल सही है जी जेडे डॉक्टर करनल साहब से बंधेर साहब ठीक कंपीटिशन उन्होंने यही जिक्र होंगे रहा हाँ जी तो वो भी जेडे आम बंदे जिन्हें भी ब्रीडर हो हाँ जी वो बंदे घोड़े को भुखा नहीं मारते रजा के मारते बिल्कुल क्योंकि जो लम सब तो वह मेन नुकरे घोड़े लमनाइटिस की प्रॉब्लम आती है अच्छा जी भी सुंबा च छाले आ जाते हैं जी यदि प्रॉब्लम पोट आँदी है जी ठीक है जी पोट है लमनाइटिस है जी ओवरडोज दाना है जी अच्छा डाइट ज्यादा दे डाइट ज्यादा क्योंकि इन्हें जरूरत है जी वो तो वह 4 किलो दाना जी 2 किलो सुबह 2 शामी अच्छा जी दे दें आप 8-10 किलो जी ठीक है वो फिर ओवर डाइट दो जो दाना है जी वो 2-3-5-7 बीमारियों का कारण ही है जी फूड पॉइजनिंग हो गया जी इन्हों लत्त खराब होनी जी कछियां हो जा जी ठीक है ये सारिया बीमारियां जी ठीक है जी डी वार्मिंग वगैरह किन्ने के टाइम तक करनी चाहिए 3 महीने बाद जी हरेक 3 महीने बाद डी वार्मिंग हो जाए जी बाकी जेडे घोड़े घोड़ी जी तेल बहुत जरूरी है जी पर जो घोड़ा अप क्रॉसिंग के काम ते ला लेने जी फिर तो जी डोर से तोर सकते हैं जी कोई ज्यादा लंबी राइडिंग नहीं कर सकते क्यों हम 2-3 बार घोड़ी क्रॉस करवानी जी फिर सुबह भी आखिए भी 15 किलोमीटर राइडिंग करके आई जी ठीक है फिर उधरों थोड़ा जहा परहेज कर लग पैंदा जी ठीक है हां और भी है जी अपने हां जी है भाई जी 4-5 आओ जी दिखाओ कुछ घोड़ियां घर है जी ठीक है करे किन्ने रखे हुए है जी करे 3 घोड़ियां होर है जी घर ठीक है जी ठीक है चलो जी आओ ये भी नुकरे हां जी दसो जी ये बारे घोड़ी नुकरी है जी अच्छा जी ये जितेंद्र बाकरपुर वाले नूरे की बच्ची है जी अच्छा हाँ जी एक इसे घोड़े तो अपने तो बछेरे तो गब्बने अच्छा इसे तो गब्बना ठीक है जी ठीक है ਉਹ ਵੀ ਘੋੜਾ ਬਹੁਤ ਬਹੁਤ ਸੋਹਣਾ ਵਾਕਾ ਹੈ ਫੇਮਸ ਘੋੜਾ ਬਹੁਤ ਚੰਗਾ ਹਾਂਜੀ ਹਾਂਜੀ ਠੀਕ ਹੈ ਉਹ ਤੋਂ ਤਕਰੀਬਨ ਆਪਾਂ ਇਧਰ ਆਪਣੇ ਇਲਾਕੇ ਜੀਆਂ ਵੀ ਤੇ ਆਪਣੀਆਂ ਵੀ 15-16 ਘੋੜੀਆਂ ਪਹਿਲਾਂ ਕਰਾਈਆਂ ਗੱਭਣ ਚ ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਕੀ ਇਹਦੀ ਏਜ ਵਗੈਰਾ ਕੀ ਹੈ ਜੀ ਇਹ 3 ਸਾਲ ਦੀ ਜਿਹੜੀ ਹੈ ਜੀ ਅੱਛਾ ਹਾਂਜੀ ਇਹ ਵੀ ਘਰ ਹੀ ਪੈਦਾ ਹੋਈ ਸੀ ਆਪਣੀ ਠੀਕ ਹੈ ਹਾਂਜੀ ਤੇ 3 ਸਾਲ ਦੀ ਹੋ ਗਈ ਜੀ ਤੇ 2 ਮਹੀਨੇ ਦੀ ਪ੍ਰੈਗਨੈਂਸੀ ਵੀ ਉਹਦੇ ਬਣਾ ਚੀ ਠੀਕ ਹੈ ਜੀ ਠੀਕ ਹੈ ਇਹਦੀ ਕੋਈ ਜਦੋਂ ਕਨਸੀਵ ਹੋ ਜਾਂਦੀ ਹੈ ਉਦੋਂ ਡਾਈਟ ਵਗੈਰਾ ਕੁਝ ਅਲੱਗ ਰਹਿੰਦੀ ਹੈ ਜਾਂ ਕਿਵੇਂ ਆ ਪਹਿਲੇ 4-5 ਮਹੀਨੇ ਤਾਂ ਨਹੀਂ ਜੀ ਕੋਈ ਡਾਈਟ ਜ਼ਿਆਦਾ ਦੇਣੀ ਚਾਹੀਦੀ ਅੱਛਾ ਫਿਰ ਉਸ ਤੋਂ ਬਾਅਦ ਜਿਹੜਾ ਵੀ ਪਹਿਲਾਂ ਦੇ ਦਈਏ ਤਾਂ ਘੋੜੀ ਜ਼ਿਆਦਾ ਰਾਜੀ ਹੋ ਜਾਂਦੀ ਹੈ ਜੀ ਬੱਚਾ ਕਮਜ਼ੋਰ ਰਹਿ ਜਾਂਦਾ ਜੀ ਅੱਛਾ ਹਰੇਕ ਤਕਰੀਬਨ 5 ਮਹੀਨੇ ਤੋਂ ਬਾਅਦ ਹੀ ਡਾਈਟ ਵੱਧ ਦੇਣੀ ਚਾਹੀਦੀ ਹੈ ਠੀਕ ਹੈ ਹਾਂ ਫਿਰ ਉਹਦਾ ਜਿਹੜਾ ਅਸਰ ਹੈ ਬੱਚੇ ਨੂੰ ਆ ਜਾਂਦਾ ਜੀ ਠੀਕ ਹੈ ਚਲੋ ਠੀਕ ਹੈ ਜੀ ਥੈਂਕ ਯੂ ਤੁਹਾਡਾ ਜੀ ਥੈਂਕਸ ਮਿਹਰਬਾਨੀ चलो जी मिलते हैं कोई नवी वीडियो नाल तद तक लई सारे नूं बाय बाय और सत श्री अकाल।